ਝਾੜੂ ਦਾ ਜੀ 20,000 ਨਾ ਜੀ ਝਾੜੂ ਨੂੰ ਐਤਕੀ ਨਹੀਂ ਪਾਉਂਦੇ ਕੋਈ ਬੜਾ ਤਕੜਾ ਲੈ ਕੇ 10 ਲੱਖ ਰੁਪਇਆ ਉਹਨੂੰ ਨੌਕਰੀ ਦੇ ਦਿੰਦੇ ਨੇ ਸਰਕਾਰ ਤੋਂ ਖੁਸ਼ ਹੋ ਕਿ ਨਹੀਂ ਤੰਗੇ ਆ ਜੀ ਸਾਰੀ ਟ੍ਰੈਫਿਕ ਮੰਨ ਕੇ ਚਲੋ ਬਠਿੰਡਾ ਸਾਈਡ ਸੰਗਰੂਰ ਸਾਈਡ ਜਾਂ ਚੰਡੀਗੜ੍ਹ ਸਾਈਡ ਜਾਂਦੀ ਹੈ ਉਹ ਸਾਰੀ ਟੋਲ ਬਚਾਉਣ ਦੇ ਮਾਰੇ ਇੱਧਰ ਦੀ ਆਉਂਦੀ ਹੈ ਬੜੇ ਟਿੱਪਰ ਲੰਘਦੇ ਨੇ ਗੇ ਹੁਣ ਤੁਸੀਂ ਲਾ ਲਓ ਮੁਸ਼ਕਲਾਂ ਇਹ ਸਾਰੀਆਂ ਪਿੰਡ ਨੂੰ ਕਰਨੀਆਂ ਪੈਂਦੀਆਂ ਨੇ ਸੜਕਾਂ ਤੇ ਆ ਗੱਡੀਆਂ ਨਹੀਂ ਬੰਦ ਹੁੰਦੀਆਂ ਤਾਂ ਹੁਣ ਜਿਹੜਾ ਟੋਲ ਪਲਾਜ਼ਾ ਇੱਥੇ ਟੋਲ ਪਲਾਜ਼ਾ ਆ ਸਾਡਾ ਰਾਹ ਗੰਦਾ ਕਰ ਰੱਖਿਆ ਇਹਨੇ ਪਿੰਡ ਦੀ ਸੜਕ ਐਂ ਲੱਗਦਾ ਜਿਵੇਂ ਕੋਈ ਮੇਨ ਹਾਈਵੇ ਹੁੰਦਾ ਹਾਂ ਕਿਹਨੂੰ ਵੋਟ ਪਾਊਗੀ ਪਿੰਡ ਚ ਸਾਨੂੰ ਇਹਨਾਂ ਦੇ ਚੁੱਪ ਨੂੰ ਹੋਰਾ ਹੋਣਾ ਪਿਆ ਸਾਡਾ ਘਰ ਸਾਹਮਣੇ ਇੱਥੇ ਮਤਲਬ ਵੀ ਜਿਹੜੇ ਮੇਨ ਹਾਈਵੇ ਟ੍ਰੈਫਿਕ ਇੱਧਰ ਨੂੰ ਹੋ ਕੇ ਲੰਘ ਜਾਂਦੀ ਐਂ ਲੰਘਦੇ ਜਾਂਦੇ ਜੀ ਹਾਂ ਉਹਨਾਂ ਦਾ ਟੋਲ ਵੱਜ ਜਾਂਦਾ ਟੋਲ ਵੱਜ ਜਾਂਦਾ ਜੀ ਉਹਨਾਂ ਦੇ ਲੋਕ ਦੋ ਦਿਨ ਮਿਲਦਾ ਕੰਧ 'ਚ ਗੱਡੀ ਮਾਰੀ ਛੱਡਿਆ ਕਿਤੇ ਆ ਕੇ ਦੇਖ ਲਓ ਇੱਥੋਂ ਸਿੱਧੀ ਗੱਡੀ ਮਾਰੀ ਜਵਾਕ ਨੇ ਹਟਿਆ ਬੰਦਾ ਰੱਖੀ ਵੀ ਰੱਖੀ ਜਵਾਕਾਂ ਦੀ ਹੈਂ ਤੁਸੀਂ ਪਰ ਜਦੋਂ ਆਏ ਪਿੰਡ 'ਚ MLA ਤਾਂ ਉਹਨਾਂ ਨੂੰ ਕਿਹਾ ਇੱਕ ਅੱਧੀ ਵਾਰੀ ਆ ਜੀ ਹਾਂ ਅਸੀਂ ਉੱਥੇ ਕੋਠੀ ਵੀ ਜਾ ਕੇ ਆਏ ਹਾਂ ਨਾ ਅਰੇ ਇੱਥੋਂ ਗੱਡੀ ਸਾਡੇ ਸਿੱਧੀ ਮਰੀ ਆ ਘਰ ਮੇਰਾ ਹਾਂ ਉਹਨਾਂ ਦੇ ਹੁਣ ਕੀ ਹਾਲਤ ਹੋਵੇ ਦੱਸ ਜਵਾਕਾਂ ਨੇ ਹਟਿਆ ਬੰਦਾ ਰੱਖੀ ਜਾਂਦੀ ਗੀ ਹਾਂ ਹੈਂ ਔਰ ਆ ਕਿੰਨਾ ਹਾਲ ਹੋਵੇ ਹੈਂ ਰੇਤੇ ਤੋਂ ਦੱਸੋ ਤਾਂ ਕੀ ਕਰੀਏ ਹੁਣ ਹਟਿਆ ਬੰਦਾ ਜਵਾਕਾਂ ਨੇ ਨਿਗਾਹ ਵੀ ਰੱਖੀ ਜਾਂਦੀ ਹੁਣ ਗੱਡੀਆਂ ਆ ਕੇ ਵਿੱਚ ਸਿੱਧੀ ਮਾਰਦੇ ਨੇ ਕੀ ਕਰੀਏ ਆ ਦੇ ਲਾ ਹੁਣ ਲੈਣ ਲਾ ਜੂਗਾ ਸਰ ਤੁਸੀਂ ਦੇਖ ਲਓ ਸੜਕ ਤੋਂ ਬੰਦ ਕਰਤੇ ਇਹਨੇ ਸਮਕਾ ਟਰੱਕ ਉਹ ਮੁੰਡੇ ਹਟਾ ਤੇ ਟਰੱਕ ਸਮਕਾ ਚੱਲਦੇ ਕਰਤੇ ਫੇਰ ਲੋਕਾਂ ਨੇ ਕਰੇ ਨੇ ਜਦੋਂ ਪਤਾ MLA ਨੂੰ ਵੀ ਮੇਰੀ ਬੋਟ ਟੁੱਟੂਗੀ ਫੇਰ ਕਾਹਤੇ ਨੀ ਸੁਣੀ ਗੱਲ ਨਾ ਜੀ ਉਹ ਨੀ ਸੁਣਦੀ ਹੈਗੀ ਜ਼ੋਰ ਲਾ ਲਿਆ ਵੀ ਟਰੱਕ ਬੰਦ ਕਰੋ ਟਰੱਕ ਤਾਂ ਫੇਰ ਚਾਲੂ ਕਰਤੇ ਫੇਰ ਬੰਦ ਕਰੇ ਨੇ ਹੁਣ ਮਸਾਂ ਬੰਦ ਕਰੇ ਨੇ ਹੁਣ ਆਹ ਗੱਡੀਆਂ ਦੇਖ ਲਓ ਰਾਹ ਦੇਖ ਲਓ ਦੇਖੋ ਸਾਡਾ ਲੰਘਣ ਨੂੰ ਰਾਹ ਇਥੇ ਘੰਟਾ ਘੰਟਾ ਖੜ ਕੇ ਫੇਰ ਕਹਾਂ ਲੰਘਦੇ ਨੇ ਤੜਕੇ ਪਿੰਡ ਦੀ ਸੜਕ ਐ ਲੱਗਦਾ ਜਿਵੇਂ ਕੋਈ ਮੇਨ ਹਾਈਵੇ ਹੁੰਦਾ ਹਾਂ ਆ ਵਾਹ ਇਹੋ ਲੰਘਣ ਕੇ ਸਾਰੇ ਇਹੋ ਲੰਘਣ ਹਾਂ ਆ ਕਰਕੇ ਜਾ ਉਹ ਕਰ ਜਾਣਾ ਨਾ ਸੜਕ ਤੇ ਕੋਈ ਉਹ ਐਕਸੀਡੈਂਟ ਹੋ ਜੇ ਸਾਰੀ ਬੱਸ ਇੱਥੋਂ ਦੀ ਲੰਘਦੀ ਐ ਸਾਰੀ ਬੱਸ ਵੀ ਇੱਥੋਂ ਹੀ ਲੰਘੂ ਟਰੱਕ ਵੀ ਇੱਥੇ ਸਾਰੇ ਕੋਲ ਲੰਘਣਾ ਬੜਾ ਔਖਾ ਇੱਥੋਂ ਸਾਡਾ ਲੰਘਣਾ ਵੀ ਬਹੁਤ ਔਖਾ ਹੈਗੀ ਵੱਡੀ ਐ ਹਾਂ ਸਾਡੇ ਪਿੰਡ ਦੇ ਨਾਲੇ ਚਲੋ ਕਹਿੰਦੇ ਕੋਈ ਸੁਣਦਾ ਨਹੀਂ ਉਹਦੇ ਇਹਨਾਂ ਕਹਿੰਦਾ ਗੰਦ ਪਿਆ ਆਪ ਲਾ ਕੇ ਕਰਨੇ ਕੀ ਕਰੂਗਾ ਦੇਖੋ ਹੈ ਕੀ ਕਰੂਗਾ ਜੀ ਪਤਾ ਕੀ ਆ ਜਦੋਂ ਬਾਪੂ ਜਦੋਂ ਬਾਹਰ ਲੋਕ ਦੇਖਦੇ ਨੇ ਐਂ ਲੱਗਦਾ ਵੀ ਭਗਵੰਤ ਮਾਨ ਸਾਹਿਬ ਦਾ ਆਪਣਾ ਇਲਾਕਾ ਹੈ ਨਾ ਲਾ ਕੇ ਨਾਲੇ ਸਾਫ ਕਰੇ ਨੇ ਆਪ ਇਹਨਾਂ ਨੇ ਆ ਦੇ ਲੋ ਆਪ ਕਰੇ ਹੋਏ ਨੇ ਆ ਪੱਟੇ ਪਏ ਨੇ ਆਪ ਟਿੱਪਰ ਆ ਦੇ ਟਿੱਪਰ ਆ ਜਾ ਦੇ ਲੋ ਟਿੱਪਰ ਆ ਦੇ ਲੋ ਜਾਂਦੇ ਉਸ ਦਿਨ ਰਾਤ ਨਹੀਂ ਦੇਖਦੇ ਹਾਂ ਇਹ ਦਿਨ ਰਾਤ ਨਹੀਂ ਦੇਖਦੇ ਇਹ ਦਿਨ ਰਾਤ ਵੀ ਰੱਖੀ ਸਾ ਟਾਈਮ ਜੀ ਹੈਂ ਬਾਹਰ ਅੰਦਰ ਵੀ ਜਾਣਾ ਜਦੋਂ ਆ ਕੇ ਉਹ ਕੰਦੀ ਕੱਢੀ ਉਹ ਤੇ ਮਾਰੀ ਗੱਡੀ ਦੇ ਲੈ ਕਹਿੰਦੇ ਜਾ ਕੀ ਕਰਾਂਗੇ ਇਧਰੋਂ ਆ ਕੇ ਦੇਖ ਲਿਓ ਇਹੀ ਹਾਲ ਆ ਜੀ ਸਾਨੂੰ ਆਹ ਘਰ ਸਾਨੂੰ ਜਾਣਾ ਔਖਾ ਹੋ ਰਿਹਾ
ਪੜਾਕਾ ਪੈ ਗਿਆ, ਸਾਡੇ ਜਵਾਕ ਹੈ ਡਰ ਕੇ ਉੱਠਦੇ ਨੇ, ਉਹ ਜਦ ਪੜਾਕਾ ਪੈ ਗਿਆ ਅਸੀਂ ਕਿਹਾ ਥਾਣੇ ਗੱਲ ਕਰਦੇ ਹਾਂ, ਅਸੀਂ ਕਰਦੇ ਹਾਂ, ਕਹਿੰਦੇ ਨੇ ਯਾਰ ਜਿਹਨੇ ਜ਼ੋਰ ਲਾਉਣਾ ਲਾ ਲਓ, ਅਸੀਂ ਨਹੀਂ ਹਟਦੇ। ਦੇਖੋ ਇਹ ਮੇਨ ਪੈਂਦਾ ਸੰਗਰੂਰ ਤੋਂ ਪਟਿਆਲਾ ਟੂਲ ਪਲਾਜ਼ਾ ਪੈਂਦਾ ਜੀ, ਜਿਹੜੀ ਸਾਰੀ ਟ੍ਰੈਫਿਕ ਮੰਨ ਕੇ ਚਲੋ ਬਠਿੰਡਾ ਸਾਈਡ ਸੰਗਰੂਰ ਸਾਈਡ ਜਾਂ ਚੰਡੀਗੜ੍ਹ ਸਾਈਡ ਜਾਂਦੀ ਹੈ, ਉਹ ਸਾਰੀ ਟੋਲ ਬਚਾਉਣ ਦੇ ਮਾਰੇ ਇੱਧਰ ਦੀ ਆਉਂਦੀ ਹੈਗੀ। ਪਰ ਦੇਖੋ ਟੋਲ ਬਚਾ ਤਾਂ ਲੈਂਦੇ ਨੇ, ਪਰ ਸਾਡੇ ਪਿੰਡ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਦੇਖੋ ਜੀ ਤੁਸੀਂ ਆ ਬੈਕ ਸਾਈਡ 'ਤੇ ਦੇਖ ਲਓ, ਜੋ ਪਿੰਡ ਨੇ ਗੇ ਬੱਚੇ ਛੋਟੇ ਛੋਟੇ ਹੁੰਦੇ ਨੇ ਜੀ, ਇਹਨਾਂ ਦੇ ਸੱਟਾਂ ਵਗੈਰਾ ਬਹੁਤ ਜ਼ਿਆਦਾ ਲੱਗਦੀਆਂ ਨੇਗੀਆਂ। ਬਾਕੀ ਇਸ ਸੀਜ਼ਨ ਦੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਆਉਂਦਾ ਜਿਵੇਂ ਜੀਰੀ ਹੁੰਦੀ ਹੈਗੀ, ਫਿਰ ਨਾ ਬੜੇ ਟਿੱਪਰ ਲੰਘਦੇ ਨੇਗੇ। ਹੁਣ ਤੁਸੀਂ ਲਾ ਲਓ ਮੁਸ਼ਕਲਾਂ ਇਹ ਸਾਰੀਆਂ ਪਿੰਡ ਨੂੰ ਕਰਨੀਆਂ ਪੈਂਦੀਆਂ ਨੇ। ਫਿਰ ਇਹ ਤੁਸੀਂ MLA ਆਪਣੇ ਉਹਨਾਂ ਦੇ ਧਿਆਨ 'ਚ ਨਹੀਂ ਲਿਆਉਂਦੀ ਇਹ ਸਮੱਸਿਆ? ਦੇਖੋ ਜੀ ਬ੍ਰਦਰ, ਦੇਖੋ ਹੁਣ ਤੱਕ ਜਦੋਂ ਦਾ ਇਹ ਟੋਲ ਪਲਾਜ਼ਾ ਲੱਗਿਆ ਹੈਗਾ, ਬਹੁਤ ਵਾਰ ਚੁੱਕ ਮਿਲ ਚੁੱਕੇ MLA ਸਾਹਿਬ ਨੂੰ, MP ਸਾਹਿਬ ਨੂੰ ਵੀ ਮਿਲ ਚੁੱਕੇ ਹੈਗੇ, ਪਰ ਜੋ ਇਸ ਚੀਜ਼ ਦਾ ਮੁਸ਼ਕਲਾਂ ਦਾ ਹੱਲ ਆ ਹੁਣ ਤੱਕ ਕੀਤਾ ਨਹੀਂ ਗਿਆ ਜੀ। ਨਹੀਂ ਹੁਣ ਤਾਂ ਕਹਿੰਦੇ ਬਦਲਾਅ ਆ ਗਿਆ ਨਾ ਪੰਜਾਬ 'ਚ, ਮੈਂ ਤਾਂ ਹੀ ਪੁੱਛ ਰਿਹਾ ਵੀ ਉਹ ਕਹਿੰਦੇ ਵੀ ਸਾਡਾ ਹਲਕਾ ਸਾਡੀ ਰਾਜਧਾਨੀ ਆ ਸੰਗਰੂਰ, ਅਤੇ ਸੰਗਰੂਰ 'ਚ ਤੁਸੀਂ ਕਹਿੰਦੇ ਸਾਨੂੰ ਆ ਸਮੱਸਿਆ, ਉਹ ਸਮੱਸਿਆ ਉਹਨਾਂ ਕੋਲ ਜਾਓ ਨਾ। ਦੇਖੋ ਭਰਾ ਰਹੀ ਗੱਲ ਬਦਲਾਅ ਦੀ, ਦੇਖੋ ਸਾਨੂੰ ਅਸੀਂ ਤਾਂ ਚਾਹੁੰਦੇ ਸਾਡੇ ਪਿੰਡ ਦੇ ਵਿੱਚ, ਕਿਉਂਕਿ ਜਿਸ ਤਰ੍ਹਾਂ ਦੀ ਇਹ ਟ੍ਰੈਫਿਕ ਚੱਲ ਰਹੀ ਹੈਗੀ, ਸਾਡੇ ਪੱਖੋਂ ਤਾਂ ਕੋਈ ਬਦਲਾਅ ਲੱਗਿਆ ਨਹੀਂ ਗੀ, ਕਿਉਂਕਿ ਜਦੋਂ ਸਾਡੇ ਪਿੰਡ ਦੀ ਕੋਈ ਸੁਣਵਾਈ ਉਹ ਨਹੀਂ ਕੀਤੀ ਗਈ ਜੀ। ਹਾਂ ਇੰਨਾ ਗੱਲ ਜ਼ਰੂਰ ਆ ਕਿ ਪਿੱਛੇ ਕਾਫੀ ਟਾਈਮ ਹੋ ਚੁੱਕਿਆ ਹੈਗਾ, ਉੱਥੇ ਟੋਲ ਪਲਾਜ਼ੇ ਵਾਲਿਆਂ ਨੇ ਕੁਛ ਬੰਦੇ ਰੱਖੇ ਸੀ ਵੀ ਸ਼ਾਇਦ ਕਿਤੇ ਨਾ ਕਿਤੇ ਵੀ ਮੁਸ਼ਕਲ ਦਾ ਹੱਲ ਹੋ ਜੂਗਾ, ਪਰ ਕਾਰਨ ਕੀ ਆ, ਦੇਖੋ ਤੁਹਾਡੇ ਸਾਹਮਣੇ ਦੇਖੋ ਜੀ ਆ ਗੱਡੀਆਂ ਹੁਣ ਤੱਕ ਵੀ ਜਾ ਰਹੀਆਂ ਨੇਗੀਆਂ, ਪਰ ਸਾਡੀ ਮੁਸ਼ਕਲ ਦਾ ਹੱਲ ਨਹੀਂ ਹੋਇਆ। ਦੇਖੋ ਬਦਲਾਅ ਤਾਂ ਅਸੀਂ ਤਾਂ ਮੰਨੀਏ ਨਾ ਜੇ ਸਾਡੀਆਂ ਮੁਸ਼ਕਲਾਂ ਦਾ ਹੱਲ ਹੋ ਰਿਹਾ ਹੋਵੇ ਜੀ, ਉਸ ਚੀਜ਼ ਨੂੰ ਬਦਲਾਅ ਕਿਹਾ ਜਾਂਦਾ ਗਾ, ਹਾਲਾਂਕਿ ਉਹ ਨਹੀਂ ਹੈਗਾ ਵੀ ਉਸ ਤੋਂ ਵੱਧ ਉਲਟ ਹੋਵੇ ਜੀ। ਸਾਨੂੰ ਤਾਂ ਕੁਛ ਲੱਗਿਆ ਨਹੀਂ ਵੀ ਕੋਈ ਬਦਲਾਅ ਆਇਆ ਜੀ ਸਾਡੇ ਇਸ ਦੇ ਵਿੱਚ। ਉਮੀਦ ਹੁਣ ਫਿਰ ਵੋਟਾਂ ਲੈਣ ਤਾਂ ਫਿਰ ਆ ਰਹੇ ਨੇ? ਦੇਖੋ ਭਾਅ ਜੀ ਵੋਟਾਂ ਦਾ ਇਹਨਾਂ ਦਾ ਸਮਾਂ ਗਾ, ਇਹਨਾਂ ਨੇ ਆਉਣਾ ਹੀ ਹੈਗਾ। ਗੱਲ ਤਾਂ ਇਹ ਹੁੰਦੀ ਆ ਆਪਾਂ ਲੋਕਾਂ ਨੂੰ ਕੀ ਸਹੂਲਤ ਦੇ ਰਹੇ ਹਾਂਗੇ, ਇਹ ਆਪਣਾ ਲੋਕਤੰਤਰ ਆਪਣੇ ਪੰਜਾਬ ਦੇ ਵਿੱਚ ਬਣਾਇਆ ਜਾਂਦਾ ਲੋਕਾਂ ਦੀ ਸਹੂਲਤ ਲਈ ਬਣਾਇਆ ਜਾਂਦਾ ਵੀ ਆਪਾਂ ਉਸ ਨੁਮਾਇੰਦੇ ਨੂੰ ਚੁਣੀਏ ਜੋ ਸਾਡੇ ਆਪਣੇ ਹੱਕ ਦੇ ਵਿੱਚ ਖੜ੍ਹੇ, ਪਰ ਕਾਰਨ ਕੀ ਹੁੰਦਾ, ਸਿਰਫ ਇੱਕ ਆਪਦੇ ਮਕਸਦ ਇੱਕ ਆਉਂਦੇ ਨੇਗੇ, ਉਸ ਤੋਂ ਬਾਅਦ ਕੋਈ ਸਾਰ ਨਹੀਂ ਲਈ ਜਾਂਦੀ ਹੈਗੀ ਜੀ। ਡੀਆਂ ਲਾ ਲਓ ਤਾਂ ਸਾਰੇ ਬਾਦਲ ਨੇ, ਪਿਲਸਣਾ ਲਾ ਲਓ ਕਣਕਾਂ ਤਾਂ ਬਾਦਲਦੀਆਂ ਨੇ ਸਭ ਤੋਂ ਤੋਰੀਆਂ ਹੋਈਆਂ, ਵਧਾਈ ਤਾਂ ਕੋਈ ਜਾਓ ਵਧੀਆ ਜਾਂਦੇ ਹੁੰਦੇ ਨੇ, ਪਰ ਤੋਰੀਆਂ ਨਿਉਆਂ ਤਾਂ ਬਾਦਲ ਦੀਆਂ ਬਣੀਆਂ ਹੋਈਆਂ ਨੇ, ਅੱਜ ਕੋਈ ਕੁਛ ਕਹੇ। ਅੱਛਾ ਬਈ ਇੱਥੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਵੀ ਹੈ ਨਾ ਸੰਗਰੂਰ ਤੋਂ, ਕਹਿੰਦੇ ਪੁਰਾਣਾ ਰਸੂਖ ਰੱਖਦਾ, ਇਸ ਵਾਰ ਇਲੈਕਸ਼ਨ ਤਾਂ ਨਹੀਂ ਲੜ ਰਹੇ, ਤੁਹਾਨੂੰ ਲੱਗਦਾ ਉਹਨਾਂ ਦੀ ਨਾਰਾਜ਼ਗੀ ਦਾ ਅਸਰ ਅਕਾਲੀ ਦਲ ਦੇ ਉੱਤੇ ਪਊ? ਨਹੀਂ ਕੋਈ ਨਹੀਂ ਹੋਊ, ਬਿਲਕੁਲ ਨਹੀਂ ਹੋਊ, ਉਹਨਾਂ ਦਾ ਹੈ ਹੀ ਨਹੀਂ ਸਲੂਕ ਨਹੀਂ ਹੈਗਾ, ਉਹ ਗੱਲ ਰਹੀ ਨਹੀਂ ਪਹਿਲਾਂ, ਬਿਲਕੁਲ ਨਹੀਂ ਹੈਗਾ ਉਹਨਾਂ ਦਾ, ਸਾਡੇ ਪਿੰਡ 'ਚ ਕੋਈ ਵੋਟ ਨਹੀਂ ਪਾਈ ਚਲੋ। ਬਾਪੂ ਸਿਮਰਜੀਤ ਸਿੰਘ ਮਾਨ ਦਾ ਕੰਮ ਕਿਵੇਂ ਰਿਹਾ ਪਿਛਲੇ ਟਾਈਮ 'ਚ? ਪਿਛਲੇ ਤਾਂ ਠੀਕ ਸੀ, ਐਤਕੀ ਦਾ ਪਤਾ ਨਹੀਂ ਹੈ ਜੀ। ਨਹੀਂ ਤੁਹਾਡੇ ਇੱਥੇ ਮਾਰਿਆ ਪਿੰਡ 'ਚ ਗੇੜਾ ਉਹਨਾਂ ਨੇ? ਹਾਂ ਗੇੜਾ ਮਾਰ ਗਏ, ਮਾਰ ਗਏ ਗੇੜੇ, ਆਏ ਨੇ ਦੋ ਤਿੰਨ ਵਾਰੀ ਆਏ ਨੇ, ਹਾਂ ਵਧੀਆ ਬੰਦੇ ਨੇ, ਸਾਨ ਬਹੁਤ ਵਧੀਆ ਨੇ, ਹਾਂ ਐਤਕੀ ਵੀ ਸਾਡੇ ਪਿੰਡ ਨੂੰ ਵੀ ਵੋਟ ਕਾਫੀ ਪਊਗੀ, ਪਿਛਲੀ ਵਾਰੀ ਵੀ ਪਈ ਸੀ, ਐਤਕੀ ਵੀ ਵੋਟ ਵਧੀਆ ਪਏਗੀ ਉਹਨੂੰ, ਜਿੱਤਣਾ ਚਾਂਸ ਨੇ ਉਹਨੂੰ। ਮੀਤ ਹੇਅਰ ਨਹੀਂ ਜੀ, ਸਾਡੇ ਪਿੰਡ ਨੇ ਝਾੜੂ ਦਾ ਜੀ ਮੀਤ ਹੇਅਰ ਨਾ ਜੀ, ਝਾੜੂ ਨੂੰ ਐਤਕੀ ਕਹਿੰਦੇ ਪਾਉਂਦੇ, ਐਤਕੀ ਆਪਾਂ ਆਪ ਕਹਿੰਦੇ ਝਾੜੂ ਨੂੰ ਐਤਕੀ ਨਹੀਂ ਵੋਟ ਪੈਂਦੀ, ਸਾਡੇ ਤਾਂ ਸਾਰੇ ਬਰਖਲਾਫ ਰਹੇ, ਤਾਂ ਸਾਡੇ ਕਰਿਆ ਨਹੀਂ ਕੁਛ, ਅਸੀਂ ਤਾਂ ਫਿਰ ਸੋਚਦੇ ਵੀ ਸਾਡੇ ਕੁਛ ਤਾਂ ਉਹ ਕਰਕੇ ਦਿਖਾਉਂਦਾ, ਉਹ ਜਿਵੇਂ ਸਿਵਰਜੀਤ ਮਾਨ ਸਾਨੂੰ ਪਾਣੀ ਵਾਲੀ ਟੈਂਕੀ ਦੇ ਗਿਆ, ਅਸੀਂ ਤਾਂ ਉਸੇ ਦਾ ਗੁਣ ਗਾ ਰਹੇ ਹਾਂ, ਜੇ ਸਾਨੂੰ ਝਾੜੂ ਦੇ ਜਾਂਦੇ ਜੇ ਨਾ ਝਾੜੂ ਤਾਂ ਮਾਰੀ ਜਾਂਦੇ, ਇੰਨੇ ਕੰਮ ਕਰਦੇ ਉਹ ਘਰ 'ਚ ਫੋਟੋ ਖਿੱਚ ਕੇ ਲੈ ਗਈ, ਚੈੱਕ ਦਊਂਗੀ ਜਾ ਕੇ ਦੇਖ ਲਓ, ਬਾਲਿਆਂ ਦੇ ਗਿਰਨਾ ਪੈ ਜਾਂਦਾ ਗਰੀਬ ਬੰਦੇ ਉਹਦੇ, ਉਹ ਜਾ ਕੇ ਦੇਖ ਲਓ ਨੀ ਅੰਦਰ ਕੀ ਹਾਲਤ ਉਹਦੀ, ਤਿੰਨੇ ਉਹ ਨਸ਼ਈ ਨੇ, ਪਹਿਲਾਂ ਫੋਟੋ ਖਿੱਚ ਕੇ ਲੈ ਗਈ ਸੀ ਉਹ,
ਵੀ ਤੁਹਾਨੂੰ ਪੈਸੇ ਦਊਂਗੀ, ਚੈੱਕ ਦਊਂਗੀ, ਕਿਸੇ ਨੂੰ ਦਿੱਤਾ ਗਿਆ ਨਹੀਂ, ਉਹ ਜਾ ਕੇ ਘਰ ਦੇਖ ਲਓ। ਚੁੱਲ੍ਹੇ ਵਾਲਿਆਂ ਨੂੰ ਕਹਿੰਦੇ, ਕਹਿੰਦੀ ਮੈਂ 1000 ਰੁਪਇਆ ਹਰੇਕ ਨੂੰ ਦੇਊਂਗੀ, ਕਿਸ ਕੋਈ ਕਹਿ ਕੇ ਦਿਖਾਵੇ ਦਵਾਨੀ ਕਿਸੇ ਨੂੰ ਦਿੱਤੀ ਹੋਵੇ। ਭਗਵੰਤ ਮਾਨ ਦਾ ਬਿਆਨ ਆਇਆ ਕਿ ਪਿਛਲੇ ਦਿਨੀ ਕਹਿੰਦੇ ਮੈਂ ਖੇਤਾਂ ਵਾਲੀ ਜਿਹੜੀ ਬਿਜਲੀ ਆ ਨਾ ਉਹ ਹੁਣ ਲੋਕਾਂ ਨੂੰ ਲੋੜ ਪੈਣੀ ਆ ਘੱਟ, ਕਿਉਂਕਿ ਪਾਣੀ ਉਹ ਬਹੁਤ ਭੇਜ ਦੇਣਾ, ਵੀ ਉਹ ਬਿਜਲੀ ਵਾਲੇ ਪੈਸੇ ਜਿੱਦਣ ਬਚ ਕੇ ਕਹਿੰਦੇ ਉਹ ਬੀਬੀਆਂ ਨੂੰ ਦੇਣੇ। ਨਹਿਰਾਂ ਦਾ ਪੱਕੀਆਂ ਨਹੀਂ ਹੋ ਰਹੀਆਂ, ਨਹਿਰਾਂ ਦਾ ਵਿਚਾਲੇ ਪਈਆਂ ਨੇ, ਨਹਿਰੇ ਸਾਡੀ ਪਾਣੀ ਦਾ ਹੁਣ ਸਹੀ ਨਹੀਂ ਆਇਆ। ਅਸੀਂ ਜਦ ਨਾ ਤੁਹਾਨੂੰ ਗੱਲ ਹਾੜੀਆਂ ਵੱਢਦੇ ਹੁੰਦੇ, ਅਸੀਂ ਸੂਏ 'ਚੋਂ ਨਹਾ ਕੇ ਦੁਪਹਿਰੇ ਰੋਟੀ ਖਾਂਦੇ ਹੁੰਦੇ, ਕਦੇ ਸੂਏ ਨੂੰ ਸਾਰ ਹੋ ਗਿਆ ਚੱਲਦੇ ਨੂੰ ਚੱਲੇ ਨੂੰ। ਅੱਛਾ ਪਾਣੀ ਆਇਆ ਨਹੀਂ? ਨਾ ਜੀ ਆਇਆ ਹੀ ਨਹੀਂ ਕਿਸੇ। ਫਸਲ ਤੋਂ ਬਿਨਾਂ ਚਲੋ ਦੇਖੋ ਏਡੇ ਏਡੇ ਕੱਖ ਹੋ ਰਹੇ ਨੇ, ਬੀੜ ਹੋ ਗਏ, ਪਾਣੀ ਕੰਨਿਓ, ਪਾਣੀ ਆਇਆ ਹੀ ਨਹੀਂ ਸਾਡੇ। ਬਾਪੂ ਨੌਕਰੀ ਮਿਲੀ ਕਿਸੇ ਨੂੰ? ਕਹਿੰਦੇ ਨੌਕਰੀਆਂ ਵੀ ਦੇ ਰਹੇ ਨਾਲ ਨਾਲ। ਨੌਕਰੀਆਂ ਕਿੰਨੀਆਂ ਕੁ ਦਿੰਦੇ ਨੇ ਜੀ? ਕੋਈ ਬਾਹਲਾ ਤਕੜਾ ਲੈ ਕੇ 10 ਲੱਖ ਰੁਪਇਆ ਉਹਨੂੰ ਨੌਕਰੀ ਦੇ ਦਿੰਦੇ ਨੇ, ਜਿਹਨੂੰ ਨਹੀਂ। ਹੁਣ ਤਾਂ ਕਹਿੰਦੇ ਕੱਟੜ ਇਮਾਨਦਾਰ ਸਰਕਾਰ ਹੈ। ਅੱਛਾ ਜੀ, ਸਰਕਾਰ ਤਾਂ ਹਰੇਕ ਹੀ ਕਹਿੰਦੀ ਆ ਵੀ ਮੈਂ ਵੀ ਗਾਓ ਆ, ਬਿਨਾਂ ਪੈਸੇ ਕਰੂੰ ਕੰਮ, ਪਰ ਕਰਦਾ ਕੌਣ ਆ ਬਿਨਾਂ ਪੈਸੇ? ਹੈ ਹੁਣ ਮੇਰੀ ਤਾਂ ਲਾ ਲਾ, ਮੇਰੀ ਉਮਰ 70 ਸਾਲ ਦੀ ਹੋਣੀ ਹੋਣੀ ਕਿ ਨਹੀਂ ਹੋਣੀ, ਜੱਚਦੀ ਵੀ ਹੈ। ਜੇ ਦਾਰ ਘਾਟ 'ਤੇ ਮਾੜੀ ਮੋਟਾ ਫਰਕ ਹੈ, ਉਹ ਕਹਿੰਦੇ ਨੇ ਇਹ ਤਾਂ ਪਿਲਸਣ ਵਾਲੇ ਲੱਗਦੀ ਨਹੀਂ, ਤਾਂ 3 ਸਾਲ ਨਹੀਂ ਲੱਗਦਾ, ਦੱਸ ਕੀ ਕਰੂਗਾ ਮੇਰਾ। ਫਿਰ ਕੋਈ ਦਿਹਾੜੀ ਮੇਰੇ ਤੋਂ ਨਹੀਂ ਹੁੰਦੀ ਹੈਗੀ, ਸਿਰਫ ਸਾਈਕਲ 'ਤੇ ਫਿਰਦਾ। ਤੁਹਾਨੂੰ ਕਹਿੰਦੇ ਵੀ ਤੁਹਾਡੀ ਉਮਰ ਘੱਟ ਹੈ ਹਲੇ? ਹਾਂ ਘੱਟ ਆ, ਉਮਰ ਘੱਟ ਹੈ ਕਹਿੰਦੇ। ਉਹਰੇ ਕੰਮ ਪੇ ਲਾਇਆ ਕਹਿੰਦੇ ਵੀ ਹਾਲ ਤਾਂ 3 ਸਾਲ ਘੱਟ ਨੇ ਤੇਰੇ। ਲੈ ਦੱਸੋ, ਹਾਂ ਹੁਣ ਤੁਸੀਂ ਦੇਖ ਲਓ ਵੀ ਪਰਿਵਾਰ ਬਹੁਤ ਵਧੀਆ ਤਕੜਾ। ਹਾਂਜੀ, ਕੀ ਦਿੱਕਤ ਆ ਤੁਹਾਡੇ ਕੋਈ? ਹਾਂ ਮੇਰੇ ਪਹਿਲਾਂ ਦਾ ਚੂੜਾ ਪਾਉ ਟੁੱਟ ਗਿਆ। ਤੇ ਪੈਨਸ਼ਨ ਕੋਈ ਪਰਸਨਲ ਅੱਗੀ ਹੋਈ ਆ? ਕੋਈ ਆਈ ਨਹੀਂ ਹੈ ਨਾਲੇ, ਨਹੀਂ ਪੁੱਛਿਆ ਨਹੀਂ। ਬੀਬੀ ਅਫਿੰਦਰ ਅਨੰਦਰ ਕੌਰ ਭਰਾ ਜੀ ਪੁੱਛਿਆ ਸੀ ਮੈਂ ਕਿ ਵਾਰੀ, ਕਹਿੰਦੀ ਹਾਂ ਜੀ ਮੈਂ ਕਰੂੰ ਗੱਲ ਕਰੂੰ ਗੱਲ, ਹਾਲੇ ਕੋਈ ਗੱਲ ਨਹੀਂ ਹੋਈ ਕਰੀ ਮੁੜਕਣ। ਸਰਕਾਰ ਤੋਂ ਕਿ ਖੁਸ਼ ਹੋ ਕਿ ਨਹੀਂ? ਤੰਗੇ ਹੈ ਸਾਰੇ, ਗੱਲ ਤੰਗ ਨਹੀਂ। ਤਾਂ ਕਹਿੰਦੇ ਸੀ ਅਸੀਂ ਤੁਹਾਡੇ ਵਰਗੇ ਬੰਦੇ ਜਿੱਤ ਕੇ ਸਾਰੇ, ਅਸੀਂ ਆਮ ਬੰਦੇ ਆਮ ਬੰਦੇ ਦੀ ਗੱਲ, ਇਹ ਤਾਂ ਝੂਠੀਆਂ ਗੱਲਾਂ ਨੇ, ਕੋਈ ਫਾਇਦਾ ਨਹੀਂ ਹੈ ਝੂਠੀਆਂ ਗੱਲਾਂ ਦਾ, ਕੋਈ ਫਾਇਦਾ ਉਈ